ਸਾਡੇ ਨਾਲ ਬਹੁਤ ਵਾਰ ਅਜਿਹਾ ਹੁੰਦਾ ਕਿ ਸਾਡਾ ਫੋਨ ਜਦੋਂ ਗਿੱਲਾ ਹੋ ਜਾਂਦਾ ਤਾਂ ਅਸੀਂ ਉਸਨੂੰ ਚਾਵਲਾਂ ਦੇ ਡੱਬੇ ਦੇ ਵਿੱਚ ਰੱਖ ਦਿੰਦੇ ਹਾਂ। ਜੀ ਹਾਂ, ਬੇਸ਼ੱਕ ਸਾਡਾ ਫੋਨ ਕਿਤੇ ਘਰ ਦੇ ਵਿੱਚ ਹੀ ਪਾਣੀ ਦੇ ਵਿੱਚ ਡਿੱਗ ਜਾਂਦਾ, ਜਾਂ ਅਸੀਂ ਬਾਹਰੋਂ ਕਿਤੇ ਆ ਰਹੇ ਹੁੰਦੇ ਹਾਂ ਅਤੇ ਅਚਾਨਕ ਬਾਰਿਸ਼ ਪੈਣ ਲੱਗ ਜਾਂਦੀ ਹੈ, ਸਾਡੇ ਕੱਪੜੇ ਗਿੱਲੇ ਹੁੰਦੇ ਨੇ ਅਤੇ ਨਾਲ ਹੀ ਸਾਡਾ ਫੋਨ ਵੀ ਗਿੱਲਾ ਹੋ ਜਾਂਦਾ, ਤਾਂ ਤੁਹਾਨੂੰ ਵੀ ਬਹੁਤ ਸਾਰੇ ਲੋਕ ਇਹ ਸਲਾਹ ਦਿੰਦੇ ਹੋਣਗੇ ਕਿ ਜੇ ਫੋਨ ਗਿੱਲਾ ਹੋ ਗਿਆ ਤਾਂ ਉਸਨੂੰ ਚਾਵਲਾਂ ਦੇ ਡੱਬੇ ਦੇ ਵਿੱਚ ਰੱਖ ਦਿਉ, ਪਾਣੀ ਆਪਣੇ ਆਪ ਚਾਵਲ ਜਿਹੜਾ ਉਹ ਸੋਖ ਲੈਂਦੇ ਨੇ ਅਤੇ ਫੋਨ ਸਾਡਾ ਉਵੇਂ ਹੀ ਠੀਕ ਹੋ ਜਾਂਦਾ। ਪਰ ਸਾਨੂੰ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ। ਜੀ ਹਾਂ, ਇਸਦੇ ਵੀ ਤੁਹਾਨੂੰ ਕਾਰਨ ਦੱਸਦੇ ਹਾਂ ਕਿ ਇੱਦਾਂ ਕਿਉਂ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਅਸੀਂ ਆਪਣੇ ਫੋਨ ਨੂੰ ਚਾਵਲਾਂ ਦੇ ਡੱਬੇ ਦੇ ਵਿੱਚ ਰੱਖਦੇ ਹਾਂ ਤਾਂ ਇਸਦੇ ਨਾਲ ਪਹਿਲਾਂ ਤਾਂ ਜਿਹੜੇ ਚਾਵਲਾਂ ਦੇ ਥੋੜ੍ਹੇ ਡਸਟ ਪਾਰਟੀਕਲਸ ਹੁੰਦੇ ਨੇ, ਜੋ ਕਿ ਚਾਵਲਾਂ ਦੇ ਵਿੱਚ ਕੁਝ ਚੀਜ਼ਾਂ ਹੁੰਦੀਆਂ ਨੇ, ਉਹ ਸਾਡੇ ਫੋਨ ਦੇ ਵਿੱਚ, ਸਾਡੇ ਫੋਨ ਦੇ ਜਿਹੜੇ ਸਪੀਕਰਸ ਹੁੰਦੇ ਨੇ ਉਹਨਾਂ ਦੇ ਥਰੂ ਸਾਡੇ ਫੋਨ ਦੇ ਅੰਦਰ ਚਲੀਆਂ ਜਾਂਦੀਆਂ ਨੇ, ਜਿਹਦੇ ਨਾਲ ਸਾਡੇ ਫੋਨ ਦੀ ਮਸ਼ੀਨਰੀ ਖਰਾਬ ਹੋ ਸਕਦੀ ਹੈ, ਉਸਦੀ ਵਰਕਿੰਗ ਜਿਹੜੀ ਹੈ ਉਸ 'ਤੇ ਪ੍ਰਭਾਵ ਪੈ ਸਕਦਾ ਹੈ। ਅਤੇ ਨਾਲ ਹੀ ਚਾਵਲਾਂ ਦੇ ਵਿੱਚ, ਚਾਵਲਾਂ ਦੇ ਡੱਬੇ ਦੇ ਵਿੱਚ ਅਸੀਂ ਆਪਣਾ ਫੋਨ ਰੱਖ ਦਿੰਦੇ ਹਾਂ ਅਤੇ ਨਾਲ ਹੀ ਸਾਡੇ ਫੋਨ 'ਤੇ ਸਕ੍ਰੈਚਸ ਪੈਣ ਦਾ ਵੀ ਡਰ ਵੱਧ ਜਾਂਦਾ। ਅਤੇ ਇਸ ਤੋਂ ਇਲਾਵਾ ਸਾਨੂੰ ਕਰਨਾ ਕੀ ਚਾਹੀਦਾ ਜੇਕਰ ਸਾਡਾ ਫੋਨ ਪਾਣੀ ਦੇ ਡੱਬੇ ਦੇ ਵਿੱਚ, ਜੇਕਰ ਸਾਡਾ ਫੋਨ ਪਾਣੀ ਦੇ ਵਿੱਚ ਗਿਰ ਜਾਂਦਾ, ਗਿੱਲਾ ਹੋ ਜਾਂਦਾ, ਤਾਂ ਇਸਦੇ ਵਿੱਚ ਸਾਨੂੰ ਕਰਨਾ ਕੀ ਚਾਹੀਦਾ? ਅਤੇ ਇਸਦੇ ਲਈ ਤੁਸੀਂ ਸਿਰਫ ਆਪਣੇ ਫੋਨ ਨੂੰ ਪੱਖੇ ਦੇ ਨੀਚੇ ਰੱਖਣਾ, ਤਾਂ ਕਿ ਉਹ ਵੀ ਇਸ ਤਰੀਕੇ ਨਾਲ ਰੱਖਣਾ ਕਿ ਡਾਇਰੈਕਟਲੀ ਹਵਾ ਦੇ ਕੰਟੈਕਟ ਦੇ ਵਿੱਚ ਨਾ ਆਵੇ, ਕਿਉਂਕਿ ਬਹੁਤ ਵਾਰ ਅਸੀਂ ਅਜਿਹਾ ਵੀ ਕਰਦੇ ਹਾਂ ਕਿ ਸਾਡਾ ਫੋਨ ਗਿੱਲਾ ਹੋ ਜਾਂਦਾ, ਅਸੀਂ ਆਪਣੀ ਸਪੀਕਰ ਦੇ ਕੋਲ ਨਾ ਡਰਾਇਰ ਮਾਰਨ ਲੱਗ ਜਾਂਦੇ ਹਾਂ। ਅਤੇ ਬਹੁਤ ਸਾਰੇ ਲੋਕ, ਤੁਸੀਂ ਵੀ ਇੱਦਾਂ ਹੀ ਕਰਦੇ ਹੋਵੋਗੇ ਕਿ ਅਸੀਂ ਪਾਣੀ ਜਲਦੀ ਸੁਕਾਉਣਾ, ਆਪਣਾ ਫੋਨ ਨੂੰ ਜਲਦੀ ਠੀਕ ਕਰਨਾ, ਤਾਂ ਅਸੀਂ ਡਰਾਇਰ ਮਾਰ ਲੈਂਦੇ ਹਾਂ, ਤਾਂ ਸਾਡੇ ਸਪੀਕਰਾਂ ਦੇ ਵਿੱਚ ਪਾਣੀ ਗਿਆ ਹੋਊਗਾ ਤਾਂ ਉਹ ਠੀਕ ਹੋ ਜਾਏਗਾ। ਤਾਂ ਇਹ ਵੀ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਅਸੀਂ ਡਰਾਇਰ ਮਾਰਦੇ ਹਾਂ ਤਾਂ ਇਸਦੇ ਨਾਲ ਜਿਹੜੀ ਅੰਦਰ ਦੀ ਮਸ਼ੀਨਰੀ ਹੁੰਦੀ ਹੈ ਉਹ ਮੈਲਟ ਹੋਣੀ ਸ਼ੁਰੂ ਹੋ ਜਾਂਦੀ ਹੈ, ਅਤੇ ਇਸਦੇ ਨਾਲ ਜਿਹੜਾ ਅੰਦਰ ਸਾਰਾ ਸਿਸਟਮ ਹੈ ਜਿਹੜਾ ਉਸਦੇ ਵਿੱਚ ਵੀ ਜਿਹੜੀ ਖਰਾਬੀ ਹੈ ਉਹ ਆ ਜਾਂਦੀ ਹੈ, ਅਤੇ ਇਸਦੇ ਨਾਲ ਜਿਹੜੀ ਸਟੀਮ ਵੀ ਬਣਨੀ ਸ਼ੁਰੂ ਹੋ ਜਾਂਦੀ ਹੈ ਫੋਨ ਦੇ ਅੰਦਰ, ਜਿਸਦੇ ਨਾਲ ਇਹ ਵੀ ਹੋ ਸਕਦਾ ਕਿ ਤੁਹਾਡਾ ਫੋਨ ਬਲਾਸਟ ਵੀ ਹੋ ਸਕਦਾ, ਇਹ ਵੀ ਖਤਰਾ ਵੱਧ ਜਾਂਦਾ। ਪਰ ਅਜਿਹੀਆਂ ਚੀਜ਼ਾਂ ਸਾਨੂੰ ਬਿਲਕੁਲ ਵੀ ਆਪਣੇ ਫੋਨ ਦੇ ਨਾਲ ਨਹੀਂ ਕਰਨੀਆਂ ਚਾਹੀਦੀਆਂ। ਸਿਰਫ ਸਾਨੂੰ ਛੋਟੀ ਜਿਹੀ ਚੀਜ਼ ਕਰਨੀ ਚਾਹੀਦੀ, ਜੋ ਸਾਡਾ ਫੋਨ ਗਿੱਲਾ ਹੋ ਗਿਆ ਤਾਂ ਸਾਡੇ ਫੋਨ ਨੂੰ ਅਸੀਂ ਉਸ ਡਾਇਰੈਕਸ਼ਨ ਦੇ ਵਿੱਚ ਰੱਖਣਾ ਹੈ ਜਿਸ ਦੇ ਨਾਲ ਸਾਡਾ ਜਿਹੜੇ ਸਪੀਕਰਸ ਹੋਣਗੇ ਉਹ ਨੀਚੇ ਵਾਲੇ ਪਾਸੇ ਹੋਣ, ਅਤੇ ਉੱਪਰੋਂ ਹਲਕਾ ਜਿਹਾ ਡੈਪ ਕਰਨਾ ਆਪਣੇ ਫੋਨ ਨੂੰ, ਤਾਂ ਕਿ ਜਿਹੜਾ ਪਾਣੀ ਅੰਦਰ ਗਿਆ ਉਹ ਬਾਹਰ ਆ ਜਾਵੇ, ਅਤੇ ਉਸ ਤੋਂ ਬਾਅਦ ਅਸੀਂ ਆਪਣੇ ਫੋਨ ਨੂੰ ਇਸ ਤਰੀਕੇ ਦੇ ਨਾਲ ਪੱਖੇ ਦੇ ਨੀਚੇ ਰੱਖਣਾ ਕਿ ਉਹ ਡਾਇਰੈਕਟਲੀ ਹਵਾ ਦੇ ਕੰਟੈਕਟ ਦੇ ਵਿੱਚ ਵੀ ਨਾ ਆਵੇ, ਅਤੇ ਉਸ ਤੋਂ ਬਾਅਦ ਹਵਾ ਵੀ ਫੋਨ ਨੂੰ ਲੱਗਦੀ ਰਹੇ। ਕੁਝ ਘੰਟੇ ਲੱਗਣਗੇ ਪਰ ਕੁਝ ਘੰਟਿਆਂ ਬਾਅਦ ਤੁਹਾਡਾ ਫੋਨ ਬਿਲਕੁਲ ਹੀ ਪੂਰੇ ਤਰੀਕੇ ਦੇ ਨਾਲ ਠੀਕ ਹੋ ਜਾਏਗਾ। ਅਤੇ ਉਸ ਤੋਂ ਬਾਅਦ ਹੁਣ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਕੁ ਜ਼ਿਆਦਾ ਸਮਾਰਟ ਹੋ ਗਈ ਹੈ ਕਿ ਸਾਡੇ ਫੋਨ ਦੇ ਵਿੱਚ ਵਾਟਰ ਇਜੈਕਟ ਸਿਸਟਮਸ ਵੀ ਆ ਗਏ ਨੇ। ਜਿਵੇਂ ਆਈਫੋਨ ਦੇ ਵਿੱਚ ਵੀ ਇਹ ਸਿਸਟਮ ਅਵੇਲੇਬਲ ਹੈ, ਅਤੇ ਉਸ ਤੋਂ ਬਾਅਦ ਬਹੁਤ ਸਾਰੇ ਅਜਿਹੇ ਸੋਫਟਵੇਅਰਸ ਨੇ, ਅਜਿਹੀਆਂ ਐਪਸ ਨੇ ਜੋ ਕਿ ਐਂਡਰੋਇਡ ਦੇ ਵਿੱਚ ਵੀ ਅਵੇਲੇਬਲ ਨੇ। ਜਦੋਂ ਅਸੀਂ ਫੋਨ ਦੇ ਵਿੱਚੋਂ ਵਾਟਰ ਇਜੈਕਟ ਕਰਨਾ ਹੁੰਦਾ ਤਾਂ ਅਸੀਂ ਉਸ ਚੀਜ਼ ਨੂੰ ਡਾਊਨਲੋਡ ਕਰਕੇ, ਜਾਂ ਆਈਫੋਨ ਦੇ ਵਿੱਚ ਤਾਂ ਆਟੋਮੈਟਿਕਲੀ ਹੈ ਕਿ ਵਾਟਰ ਇਜੈਕਟ ਸਿਸਟਮ, ਅਸੀਂ ਜਦੋਂ ਉਸਨੂੰ ਵਾਟਰ ਇਜੈਕਟ ਆਪਸ਼ਨ ਨੂੰ ਔਨ ਕਰ ਦੇਵਾਂਗੇ, ਆਪਣੇ ਆਪ ਜਿਹੜਾ ਪਾਣੀ ਹੈ ਉਹ ਇਜੈਕਟ ਹੋ ਜਾਏਗਾ, ਯਾਨੀ ਕਿ ਬਾਹਰ ਆ ਜਾਏਗਾ, ਅਤੇ ਸਾਡਾ ਫੋਨ ਆਪਣੇ ਆਪ ਠੀਕ ਹੋ ਜਾਏਗਾ। ਜੀ ਹਾਂ, ਅਤੇ ਇਸ ਤਰੀਕੇ ਦੇ ਨਾਲ ਜੇਕਰ ਸਾਡਾ ਫੋਨ ਪਾਣੀ ਦੇ ਵਿੱਚ ਗਿਰ ਜਾਂਦਾ, ਅਸੀਂ ਉਸਨੂੰ ਠੀਕ ਕਰ ਸਕਦੇ ਹਾਂ। ਪਰ ਜੇਕਰ ਤੁਸੀਂ ਵੀ ਹੁਣ ਤੱਕ ਆਪਣੇ ਫੋਨ ਨੂੰ ਚਾਵਲਾਂ ਦੇ ਡੱਬੇ ਵਿੱਚ ਪਾ ਕੇ ਠੀਕ ਕਰਦੇ ਆਏ ਹੋ ਜਾਂ ਡਰਾਇਰ ਮਾਰ ਕੇ ਠੀਕ ਕਰਦੇ ਆਏ ਹੋ, ਅਜਿਹਾ ਬਿਲਕੁਲ ਵੀ ਨਾ ਕਰੋ। ਤੁਹਾਡਾ ਫੋਨ ਜੋ ਕਿ ਤੁਸੀਂ ਬਹੁਤ ਪੈਸੇ ਲਗਾ ਕੇ ਚਾਹ ਦੇ ਨਾਲ ਖਰੀਦਿਆ ਹੋਏਗਾ, ਉਹ ਖਰਾਬ ਹੋ ਸਕਦਾ। ਤੁਹਾਨੂੰ ਸਾਡੀ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ, ਅਤੇ ਅਜਿਹੀ ਹੋਰ ਜਾਣਕਾਰੀ ਦੇ ਲਈ ਵੇਖਦੇ ਰਹੋ PTC ਦਾ ਟੈਕ ਟ੍ਰਿਕਸ।